ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਜਿਹੜਾ ਪਿਛਲਾ ਸਾਲ ਸੀਗਾ, ਆਪਾਂ ਪਹਿਲਾਂ ਵੀ ਨਵੇਂ ਸਾਲ ਤੇ ਗੱਲ ਕੀਤੀ ਸੀਗੀ ਵੀ ਉਸ ਸਾਲ ਦੇ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਹੜੀਆਂ ਕਿ ਕਦੇ ਭੁੱਲੀਆਂ ਨਹੀਂ ਜਾ ਸਕਦੀਆਂ। ਪਿਛਲੇ ਸਾਲ ਜਿਹੜੇ 3 ਨੌਜਵਾਨ ਸੀਗੇ ਹਨਾ, ਉਹ ਆਪਣੇ ਮਾਂ ਪਿਓ ਤੋਂ ਆਪਣੀ ਫੈਮਿਲੀ ਤੋਂ ਦੂਰ ਚਲੇ ਗਏ। ਤੇ ਅੱਜ 15 ਫਰਵਰੀ ਆ ਇੰਡੀਆ, ਤੇ 15 ਫਰਵਰੀ ਨੂੰ ਜੋ ਪਿਛਲੇ ਸਾਲ 2022 ਦੇ ਵਿੱਚ ਹੋਇਆ ਤੇ ਉਹ ਕੋਈ ਵੀ ਨਹੀਂ ਭੁੱਲ ਸਕਦਾ। ਜਿਹੜਾ ਵੀ ਪੰਜਾਬ ਦਾ ਦਰਦੀ ਆ, ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ, ਉਹ ਉਹ ਦਿਨ ਨੂੰ ਭੁੱਲ ਨਹੀਂ ਸਕਦੇ, ਕਿਉਂਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਜਿਹੜਾ ਉਹ ਸਾਡਾ ਹੀਰਾ, ਸਾਡਾ ਵੀਰ ਦੀਪ ਸਿੱਧੂ ਸਾਡੇ ਤੋਂ ਸਦਾ ਸਦਾ ਲਈ ਦੂਰ ਹੋ ਗਿਆ ਸੀ। ਤੇ ਸਾਲ ਲੰਘ ਗਿਆ, ਪਰ ਉਹੀ ਆ ਕਿ ਜਿਵੇਂ ਕਹਿੰਦੇ ਹੁੰਦੇ ਆ ਜੀ, ਜਿਹੜੇ ਯੋਧੇ ਹੁੰਦੇ ਆ ਉਹਨਾਂ ਦੀਆਂ ਉਮਰਾਂ ਥੋੜ੍ਹੀਆਂ ਹੁੰਦੀਆਂ ਨੇ, ਪਰ ਇਹ ਸੀਗਾ ਕਿ ਉਹ ਪੰਜਾਬ ਦੀ, ਪੰਜਾਬ ਦੇ ਹੱਕਾਂ ਦੀ, ਇਨਸਾਨੀਅਤ ਦੀ, ਕੌਮ ਦੀ ਗੱਲ ਕਰਦਾ ਕਰਦਾ ਆਪਣਾ ਜਿਹੜਾ ਆਪਣੇ ਜਿਹੜਾ ਸਰੀਰ ਸੀਗਾ ਉਹ ਲੇਖੇ ਲਾ ਗਿਆ। ਤੇ ਪਿਛਲੇ ਸਾਲ 15 ਤਰੀਕ ਨੂੰ ਆ ਜਦੋਂ ਟਾਈਮ ਸੀਗਾ, ਕੁਛ ਨਹੀਂ ਸੀ ਪਤਾ, ਮੋਰਨਿੰਗ ਦੇ ਵਿੱਚ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਸ਼ਾਮ ਨੂੰ ਕਿਵੇਂ ਦੀ ਖਬਰ ਆਊਗੀ। ਅਸੀਂ ਵੀ ਉਸ ਦਿਨ ਚੰਡੀਗੜ੍ਹ ਗਏ ਸੀਗੇ, ਵਧੀਆ ਹੱਸਦੇ ਖੇਡਦੇ ਅਸੀਂ ਘਰੋਂ ਗਏ। ਜਦੋਂ ਅਸੀਂ ਮੁੜ ਕੇ ਆਏ, ਮੈਂ ਫੋਨ ਔਨ ਕੀਤਾ ਤੇ ਸਾਹਮਣੇ ਨਿਊਜ਼ ਸੀਗੀ ਕਿ ਵੀ ਵੀਰ ਦੀ ਦਾ ਐਕਸੀਡੈਂਟ ਦੇ ਨਾਲ ਡੈਥ ਹੋ ਗਈ ਆ ਹਨਾ। ਉਸ ਟਾਈਮ ਯਕੀਨ ਹੀ ਨਹੀਂ ਆਇਆ ਹੈਗਾ ਕਿਤੇ। ਮੰਮੀ ਨੇ ਦੇਖਿਆ, ਮੰਮੀ ਨੇ ਮੈਨੂੰ ਪੁੱਛਿਆ, ਮੰਮੀ ਕਹਿੰਦੇ ਕਿ ਮੈਂ ਖਬਰ ਸੱਚੀ ਹੈਗੀ, ਪਰ ਅਸੀਂ ਮੰਮੀ ਵੀ ਇੰਨਾ ਜ਼ਿਆਦਾ ਰੋਏ ਸਨ ਦੋਨਾਂ ਨੂੰ, ਅਸੀਂ ਪੂਰੀ ਰਾਤ ਸੁੱਤੇ ਨਹੀਂ ਹੈਗੇ, ਦੋਨੇ ਜਾਣੇ ਅਸੀਂ ਰੋਈ ਗਏ ਹਨਾ ਕਿ ਸ਼ਾਇਦ ਇਹ ਖਬਰ ਫੇਕ ਹੋਵੇ। ਹਾਲੇ ਵੀ ਸਾਨੂੰ ਇਹ ਉਮੀਦ ਸੀਗੀ ਸਵੇਰ ਤੱਕ ਹਨਾ, ਪਰ ਅਗਲੇ ਦਿਨ ਸੰਸਕਾਰ ਹੋਇਆ ਸੀਗਾ ਤੇ ਫਿਰ ਡੈਡ ਬੋਡੀ ਜਦੋਂ ਲੈ ਕੇ ਗਏ ਨੇ ਦਰਾਹੇ ਤੋਂ ਗਏ ਹੈਗੇ, ਉਹ ਦੇਖ ਕੇ ਆਉਂਦੀ ਹੈਗੀ। ਫਿਰ ਵੀ ਮਤਲਬ ਵੀ ਉਹ ਜਿਹੜਾ ਦਿਨ ਹੈਗਾ, ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਭੁੱਲ ਸਕੂੰਗੀ, ਕਿਉਂਕਿ ਉਹ ਜਿਹੜਾ ਐਵੇਂ ਦਾ ਕਹਿਰ ਹੋਇਆ ਸੀਗਾ ਉਹ ਕਦੇ ਭੁੱਲਿਆ ਨਹੀਂ ਜਾ ਸਕਦਾ। ਕਿਉਂਕਿ ਦੀਪ ਸਿੱਧੂ ਵੀਰ ਨੇ ਕਿਸਾਨੀ ਮੋਰਚੇ ਦੇ ਵਿੱਚ ਪੂਰੀ ਕੌਮ ਦੀ ਗੱਲ ਕੀਤੀ, ਸਿੱਖ ਪੰਥ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਉਹ ਜਿੰਨਾ ਲੜਿਆ, ਉਹਨੇ ਪੂਰਾ ਸਟੈਂਡ ਲੈ ਕੇ ਆਪਣਾ ਕਰੀਅਰ ਛੱਡ ਕੇ ਉਹਨੇ ਪੂਰੇ ਪੰਜਾਬ ਦੇ ਲਈ ਸਟੈਂਡ ਲਿਆ ਸੀਗਾ। ਤੇ ਸ਼ਾਇਦ ਮੇਰੇ ਖਿਆਲ 'ਚ ਦੀਪ ਸਿੱਧੂ ਇਕਲੌਤਾ ਇਨਸਾਨ ਹੋਊਗਾ ਜਿਹੜਾ, ਜਾਂ ਕਹਿ ਲਓ ਵੀ ਕਿਸਾਨੀ ਅੰਦੋਲਨ ਦੇ ਵਿੱਚ ਸਰਗਰਮ ਹੋਇਆ, ਅਤੇ ਉਹਨੂੰ ਮੈਂ ਐਜ਼ ਆ ਐਕਟਰ ਨਹੀਂ ਜਾਣਦਾ ਸੀਗਾ। ਮੈਂ ਇੱਕ ਦੋ ਵਾਰ ਯੂਟਿਊਬ 'ਤੇ ਮੇਰੇ ਮਾੜਾ ਮੋਟਾ ਸਾਹਮਣੇ ਆਇਆ ਸੀਗਾ, ਮੇਰੇ ਖਿਆਲ 'ਚ ਉਹਦੀ ਪਹਿਲੀ ਫਿਲਮ ਸੀਗੀ ਉਹ, ਅਤੇ ਉਹ ਮੈਂ ਦੇਖਿਆ ਸੀ, ਮੈਂ ਪਤਾ ਨਹੀਂ ਕੌਣ ਮੁੰਡਾ ਜਿਹਾ ਬਣਾਉ, ਮੈਨੂੰ ਕੁਛ ਨਹੀਂ ਪਤਾ ਸੀ। ਉਹ ਤੋਂ ਬਾਅਦ ਮੈਨੂੰ ਕਿਸੇ ਨੇ ਐਂ ਗੱਲਾਂ ਕਰਦੇ, ਮੈਂ ਦੋਸਤ ਸੁਣੇ ਮੇਰੇ ਨਾਲ, ਅਤੇ ਉਹ ਕਹਿਣ ਵੀ ਯਾਰ ਇੱਕ ਫਿਲਮ ਆਈ ਹੈ ਜੋਰਾ 10 ਨੰਬਰ ਹੀ, ਬੜੀ ਸਿਰਾ ਐਂ ਕਰਦੇ ਹੁੰਦੇ ਨੇ ਮੁੰਡੇ, ਮੈਨੂੰ ਨਹੀਂ ਪਤਾ ਸੀ ਕੌਣ ਆ ਮੈਨੂੰ। ਮੈਂ ਕਿਹਾ ਵੀ ਕੌਣ ਆ ਇਹ ਨਵਾਂ ਮੁੰਡਾ, ਕਹਿੰਦੇ ਪਤਾ ਨਹੀਂ ਵੀ ਵਧੀਆ ਐਕਟਰ ਆ। ਉਹ ਤੋਂ ਪਹਿਲਾਂ ਮੈਨੂੰ ਬਹੁਤ ਘੱਟ ਪਤਾ ਸੀਗਾ ਉਹਦੇ ਬਾਰੇ, ਪਤਾ ਘੱਟ ਕੀ ਨਾ ਮਾਤਰੇ ਸੀ, ਜੀਰੋ ਹੀ ਪਤਾ ਸੀ। ਪਹਿਲੀ ਵਾਰ ਜਦੋਂ ਮੈਂ ਦੇਖਿਆ ਮੈਂ ਕਿਹਾ ਅੱਛਾ ਵੀ ਇਹ ਮੁੰਡਾ ਤਾਂ ਐਕਟਰ ਲੱਗਦਾ, ਜਦ ਇਹ ਬੈਠਾ ਸੀਗਾ, ਉਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਉਹਦੇ ਦਿੱਲੀ ਨਹੀਂ ਗਏ ਸੀ, ਉੱਥੇ ਹੀ ਬੈਠੇ ਸੀ, ਅਤੇ ਜਦ ਇਹਦੇ ਮੂਹਰੇ ਮਾਈਕ ਕੀਤਾ ਅਤੇ ਜਦ ਦੀਪ ਸਿੱਧੂ ਬੋਲਿਆ, ਮੈਂ ਜਮਾਂ ਹੀ ਹੈਰਾਨ। ਮੈਂ ਕਿਹਾ ਯਾਰ ਇਹ ਬੰਦਾ ਇੰਨਾ ਇੰਟੈਲੀਜੈਂਟ ਕਿਵੇਂ ਹੋ ਸਕਦਾ, ਇਹਨੂੰ ਉਹ ਗੱਲਾਂ ਕਿਵੇਂ ਪਤਾ ਨੇ ਜਿਹੜੀਆਂ ਆਮ ਲੋਕਾਂ ਨੂੰ ਨਹੀਂ ਪਤਾ, ਜਿਹੜੀਆਂ ਮੈਂ ਜਿੱਦਾਂ ਲਾਈਫ ਦੇ ਵਿੱਚ ਵਿਦਵਾਨ ਜਾਂ ਗੁਰਸਿੱਖਾਂ ਨੂੰ ਮਿਲਿਆ, ਜਿਹੜੀਆਂ ਉਹਨੂੰ ਮਤਲਬ ਕਿ ਗੱਲਾਂ ਕਲੀਅਰ ਸੀਗੀਆਂ, ਉਹਨੂੰ ਕਲੈਰਿਟੀ ਸੀਗੀ ਸਿੱਖੀ ਦੇ ਕੋਨਸੈਪਟ ਸੀ, ਅਤੇ ਸਿੱਖੀ ਦੇ ਵਿੱਚ ਵੀ ਛੋਟੀ ਗਿਣਤੀ ਵੀ ਕਿਵੇਂ ਵੱਡੀ ਗਿਣਤੀ ਨੂੰ ਓਵਰਕਮ ਕਰ ਸਕਦੀ ਆ, ਉਹ ਕਮਾਲ ਦੀ ਸੀ ਉਹਦੇ ਵਿੱਚ। ਮੈਨੂੰ ਹੈਰਾਨੀ ਹੋਈ, ਮੈਂ ਮਨੀ ਨੂੰ ਦਿਖਾਇਆ ਸੀ, ਦੋਨੇ ਇੰਨੇ ਹੈਰਾਨ ਹੋਏ। ਫਿਰ ਉਹਦੀ ਇੰਗਲਿਸ਼ ਦੇ ਵਿੱਚ ਇੰਟਰਵਿਊ ਆਈ, ਅਸੀਂ ਕਿਹਾ ਯਾਰ ਇੰਗਲਿਸ਼, ਹਿੰਦੀ, ਪੰਜਾਬੀ ਤਿੰਨਾਂ 'ਚ ਇੰਨਾ ਵਧੀਆ ਬੋਲਦਾ, ਅਤੇ ਉਹਦੇ ਬੋਲਣ ਦਾ ਅੰਦਾਜ਼, ਉਹਦੇ ਸ਼ਬਦਾਂ ਦੀ ਵਿਲੱਖਣਤਾ, ਉਹਦੀ ਜਿਹੜੀ ਬੋਲਣ ਦੀ ਵੋਕੈਬਲਰੀ ਸੀਗੀ, ਪਰ ਮਤਲਬ ਕਿ ਹਰੇਕ ਚੀਜ਼ ਅਲਟੀਮੇਟ ਸੀਗੀ। ਅਤੇ ਉਹ ਤੋਂ ਬਾਅਦ ਫਿਰ ਪਤਾ ਲੱਗਿਆ, ਜਦ ਅਸਲ ਦੇ ਵਿੱਚ ਜ਼ਿਆਦਾ ਪਤਾ ਤਾਂ ਦੀਪ ਸਿੱਧੂ ਦੀ ਡੈਥ ਹੋਈ ਆ, ਉਹ ਤੋਂ ਬਾਅਦ ਪਤਾ ਲੱਗਿਆ ਵੀ ਅੱਛਾ ਇੱਦਾਂ ਸੀਗਾ, ਐਕਟਰ ਉੱਥੇ ਮੁੰਬਈ ਰਿਹਾ, ਲੋਇਰ ਸੀਗਾ, ਪੜ੍ਹਿਆ ਇੰਗਲੈਂਡ ਦੇ ਵਿੱਚ ਪੜ੍ਹਨ ਗਿਆ, ਇੰਨਾ ਇੰਟੈਲੀਜੈਂਟ ਸੀ, ਕਿਉਂਕਿ ਜਦੋਂ ਗੱਲਾਂ ਕਰਦਾ ਹੁੰਦਾ ਸੀਗਾ ਜਾਂ ਰਿਪੋਰਟਰਾਂ ਨੇ ਉਲਝਾਉਣ ਦੀ ਕੋਸ਼ਿਸ਼ ਕਰਨੀ, ਆਮ ਬੰਦੇ ਨੂੰ ਰਿਪੋਰਟਰ ਉਲਝਾ ਦਿੰਦੇ ਨੇ, ਉਹ ਟੈਕਨੀਕਲ ਟਰਮਸ ਵੀ ਪਤਾ ਹੁੰਦੀਆਂ ਸੀ, ਉਹ ਟੈਕਨੀਕਲ ਟਰਮਸ ਦਾ ਜਵਾਬ ਬੜੇ ਵਧੀਆ ਤਰੀਕੇ ਨਾਲ ਦਿੰਦਾ ਹੁੰਦਾ ਸੀਗਾ। ਮਤਲਬ ਉਹਦੀ ਗੱਲ ਸੁਣ ਕੇ ਦਿਲ ਵਿੱਚ ਵੱਜਦੀ ਹੁੰਦੀ ਸੀ, ਜਿਵੇਂ ਕੁਦਰਤੀ ਕਈਆਂ ਦੇ ਕਹਿਣ ਦਾ ਤਰੀਕਾ ਹੀ ਹੁੰਦਾ, ਰੱਬ ਵੱਲੋਂ ਦਾਤ ਹੁੰਦੀ ਆ, ਵੀ ਉਹਦੀ ਕਹੀ ਗੱਲ ਦਾ ਅਸਰ ਹੁੰਦਾ ਸੀ, ਅਤੇ ਉਹਦੀ ਕਹੀ ਗੱਲ ਦੇ ਵਿੱਚ ਤਰਕ ਠੋਸ ਤਾਂ ਪੂਰੀ ਜ਼ਿਆਦਾ ਹੁੰਦੀ ਸੀਗੀ, ਅਤੇ ਉਹਦਾ ਮਤਲਬ ਕਿ ਆਪਾਂ ਪੂਰੇ ਸਪੋਰਟਰ ਸੀਗੇ, ਜੋ ਵੀ ਦਿੱਲੀ ਹੋਇਆ ਸੀਗਾ, ਅਸੀਂ ਝੰਡਾ ਚੜ੍ਹਾਤਾ, ਸਾਰਾ ਕੁਝ ਠੀਕ ਸੀ। ਉਹਨਾਂ ਲੋਕਾਂ ਨੇ ਬੜਾ ਕੁਛ ਬੋਲਿਆ, ਕਈਆਂ ਨੇ ਬਹੁਤ ਉਹਦੇ ਹੱਕ 'ਚ ਵੀ ਸੀਗੇ, ਬਹੁਤ ਜਾਣਿਆਂ ਨੇ ਬਹੁਤ, ਅਸੀਂ ਵੀਡੀਓ ਪਾਤੀ ਸੀਗੀ, ਮਾੜੀ ਜਿਹੀ ਗੱਲ ਕੀਤੀ ਸੀ, ਸਾਨੂੰ ਵੀ ਕਿੰਨੇ ਲੋਕਾਂ ਨੇ ਅਸੀਂ ਤੁਹਾਨੂੰ ਅਨਸਬਸਕ੍ਰਾਈਬ ਕਰ ਦੇਣਾ, ਤੁਸੀਂ ਗਲਤ ਬੰਦੇ ਦਾ ਸਾਥ ਦੇ ਰਹੇ ਹੋ ਨਾ, ਅਤੇ ਈਵਨ ਮੇਰੇ ਕਈ ਕਲੋਜ਼ ਬੰਦੇ ਵੀ ਕਹਿ ਰਹੇ ਸੀਗੇ ਵੀ ਉਹਨੇ ਗਲਤੀ ਕੀਤੀ, ਇਹ ਰੜਿਆ ਹੋਇਆ ਵਾ, ਗੱਦਾਰ, ਅਗਲੇ ਦਿਨ ਜਿਵੇਂ ਗੱਦਾਰ ਗੱਦਾਰ ਦਾ ਟੈਗ ਲਾਤਾ ਸੀਗਾ, ਅਤੇ ਪਰ ਉਹ ਪਤਾ ਨਹੀਂ ਕਿਉਂ ਫੀਲਿੰਗ ਹੀ ਸੀ ਦਿਲ ਦੇ ਨਾਲ, ਹੋ ਸਕਦਾ ਵੀ ਮੈਨੂੰ ਉਹਦੇ ਬਾਰੇ ਬਹੁਤ ਘੱਟ ਪਤਾ, ਮੇਰੇ ਫੀਲਿੰਗ ਸੀ ਵੀ ਨਹੀਂ ਬੰਦਾ ਸੱਚਾ ਹੋਇਆ,
ਉਦੋਂ ਤੱਕ ਤਾਂ ਇਹ ਵੀ ਨਹੀਂ ਪਤਾ ਸੀ ਉਹ ਇੰਨੀ ਆਪਣੀ ਵਧੀਆ ਲਾਈਫ ਸਟਾਈਲ ਛੱਡ ਕੇ ਆਇਆ ਵਾ। ਇੱਕ ਗੱਲ ਦਾ ਹਮੇਸ਼ਾ ਹੀ ਅਫਸੋਸ ਰਹੂਗਾ ਕਿ ਉਹ ਆਪਣੀ ਉਹ ਜਿਵੇਂ ਸਿੰਘ ਸਾਹਿਬ ਨੇ ਗੱਲ ਕੀਤੀ ਹੈ ਕਿ ਉਹ ਆਪਦੀ ਜਿਹੜੀ ਲਾਈਫ ਮੋਰਚੇ ਤੋਂ ਲੈ ਕੇ ਆਪਣੀ ਐਂਡ ਤੱਕ ਉਹ ਇਹ ਚੀਜ਼ ਪ੍ਰੂਵ ਕਰਦਾ ਹੀ ਰਹਿ ਗਿਆ ਲੋਕਾਂ ਦੇ ਵਿੱਚ ਕਿ ਮੈਂ ਗਦਾਰ ਨਹੀਂ ਹੈਗਾ, ਵੀ ਮੈਂ ਕੌਮ ਦੇ ਲਈ ਖੜਾ, ਮੈਂ ਉਸੇ ਸਟੈਂਡ ਤੇ ਖੜਾ, ਮੈਂ ਆਪਣੇ ਮਤਲਬ ਲਈ ਨਹੀਂ ਆਇਆ। ਤੇ ਪਰ ਉਹੀ ਆ ਕਿ ਆਪਣੀ ਸ਼ਾਇਦ ਤ੍ਰਾਸਦੀ ਹੈਗੀ ਕਿ ਆਪਣੀ ਜਿਹੜੀ ਕੌਮ ਆ, ਆਪਾਂ ਜਿਹੜੇ ਪੰਜਾਬੀ ਹਾਂ, ਆਪਾਂ ਬਹੁਤ ਟਾਈਮ ਬਾਅਦ ਪਹਿਚਾਣਦੇ ਹਾਂ, ਆਪਾਂ ਕਿਸੇ ਦੇ ਜਾਣ ਤੋਂ ਬਾਅਦ ਉਹਦੀ ਕਦਰ ਨੂੰ, ਉਹਦੀ ਅਹਿਮੀਅਤ ਆਪਾਂ ਨੂੰ ਪਤਾ ਲੱਗਦੀ ਆ, ਉਹਦੇ ਜਿਉਂਦੇ ਜੀ ਆਪਾਂ ਨੂੰ ਲੱਗਦਾ ਕਿ ਸ਼ਾਇਦ ਇਹ ਸਹੀ ਨਹੀਂ, ਆਪਾਂ ਸ਼ੱਕ ਪਹਿਲਾਂ ਰੱਖਦੇ ਹਾਂ। ਜਿਵੇਂ ਵੀਰ ਨੇ ਵੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਆਪਣੇ ਇੱਕ ਬਿਆਨ 'ਚ ਕਿਹਾ ਸੀਗਾ ਕਿ ਆਪਾਂ ਬਰਸੀਆਂ ਦੇ ਇਕੱਠੇ ਹੋਣ ਜੋਗੇ ਹਾਂ, ਵੀ ਜਿਉਂਦੇ ਦੀ ਕਦਰ ਨਹੀਂ ਕਰਦੇ, ਤੇ ਉਹੀ ਕੁਛ ਹੋ ਗਿਆ, ਜੇ ਜਿਉਂਦੇ ਦੀ ਕਦਰ ਕੀਤੀ ਹੁੰਦੀ ਸ਼ਾਇਦ ਉਹ ਸਾਡੇ ਵਿੱਚ ਹੁੰਦਾ। ਤੇ ਜਿਹੜਾ ਉਹਦੇ ਡੈਥ ਦਾ ਸੀਗਾ, ਉਹਦੇ ਵਿੱਚ ਵੀ ਕਈ ਵੱਖੋ ਵੱਖਰੀਆਂ ਰਾਵਾਂ ਨੇ ਕਿ ਐਕਸੀਡੈਂਟ ਹੋਇਆ ਜਾਂ ਉਹ ਕਰਵਾਇਆ ਗਿਆ, ਪਰ ਉਹੀ ਆ ਕਿ ਬਾਕੀ ਸਾਰਿਆਂ ਦੀ ਆਪੋ ਆਪਣੀ ਉਹਦੇ ਪ੍ਰਤੀ ਸੋਚ ਆ। ਪਰ ਐਵੇਂ ਆ ਕਿ ਜਿਵੇਂ ਕਹਿੰਦੇ ਹੁੰਦੇ ਆ ਕਿ ਜਿਹੜੇ ਜੁੱਗ ਪਲਟਾਉਣੇ ਵਾਲੇ ਲੋਕ ਬੁਖਾਰ ਨਾਲ ਨਹੀਂ ਮਰਿਆ ਕਰਦੇ, ਉਹ ਗੱਲ ਆ ਕਿ। ਤੇ ਦੂਜੀ ਇੱਕ ਗੱਲ ਮੈਨੂੰ ਹੋਰ ਬੇਕਾਰ ਲੱਗਦੀ ਹੁੰਦੀ ਆ, ਜਿਵੇਂ ਕਹਿੰਦੇ ਹੁੰਦੇ ਨੇ ਵੀ ਆਪਣੇ ਦੁਸ਼ਮਣ ਦੇ ਜਦ ਖਤਮ ਹੋਣ ਤੋਂ ਬਾਅਦ ਵੀ ਉਹਦਾ ਇੰਨਾ ਮਤਲਬ ਜਸ਼ਨ ਨਹੀਂ ਮਨਾਉਣਾ ਚਾਹੀਦਾ ਹੈਗਾ, ਜਾਂ ਤੁਸੀਂ ਕਿਸੇ ਨੂੰ ਹਰਾਤਾ ਆ ਉਹ ਵੀ ਕੋਈ ਬਾਹਲਾ ਉਹ ਨਹੀਂ ਕਰਨਾ ਚਾਹੀਦਾ, ਜਾਂ ਉਹਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਜਿਹੜਾ ਬੰਦਾ ਦੁਨੀਆਂ ਤੋਂ ਹੀ ਚਲੀ ਗਿਆ ਉਹਨੂੰ ਬਾਅਦ 'ਚੋਂ ਵੀ ਕਈ ਬੰਦੇ ਹੁਣ ਵੀ ਇੰਟਰਨੈਟ 'ਤੇ ਗਾਲਾਂ ਕੱਢੀ ਜਾਂਦੇ ਨੇ ਬਿਨਾਂ ਗੱਲ ਤੋਂ ਕੋਈ ਮਤਲਬ ਨਹੀਂ, ਕੋਈ ਉਹ ਜਾਣਦੇ ਨਹੀਂ ਉਹਦੇ ਬਾਰੇ ਕੁਛ ਨਹੀਂ ਪਤਾ, ਬਸ ਕੁਛ ਨਾ ਕੁਛ ਉਹਨਾਂ ਨੂੰ ਚਾਹੀਦਾ ਭੰਡਣ ਦੇ ਲਈ। ਇੱਦਾਂ ਹੀ ਆਪਣੇ ਬੰਦੇ ਕਰਦੇ ਨੇ, ਕੁਛ ਬੰਦੇ ਇੰਟਰਨੈਟ 'ਤੇ ਇੱਦਾਂ ਦੇ ਨੇ ਜਿਹੜੇ ਪਹਿਲਾਂ ਉਹਦੇ ਖਿਲਾਫ਼ ਜਮਾਂ ਹੀ ਖਿਲਾਫ਼ ਵੀਡੀਓਜ਼ ਵੀ ਪੂਰਾ ਆਪਣੀ ਇੱਕ ਯੂਨਿਟ ਬਣਾਈ ਹੋਈ ਆ ਪੂਰੀ, ਵੀ ਜਿਹੜੀ ਸਾਰੀ ਉਹਦੇ ਖਿਲਾਫ਼ ਲੱਗੀ ਆ। ਅਤੇ ਪਰ ਜਦੋਂ ਬੰਦੇ ਦੀ ਡੈਥ ਹੋ ਗਈ ਉਹ ਚਲੀ ਗਿਆ, ਉਹ ਤੋਂ ਬਾਅਦ ਹੀ ਉਹਦੇ ਸਪੋਰਟ ਦੇ ਵਿੱਚ ਹੱਕ ਦੇ ਵਿੱਚ ਆਏ। ਸੇਮ ਗੱਲ ਹੀ ਇਹ ਸਿੱਧੂ ਮੂਸੇਵਾਲੇ ਦੀ ਵਾਰ ਨੂੰ ਹੋਈ, ਪਹਿਲਾਂ ਉਹਨੂੰ ਸਭ ਤੋਂ ਵੱਧ ਭੰਡਣਿਆ ਨੇ ਲੋਕ, ਬਾਅਦ 'ਚੋਂ ਉਹਦੇ ਜਾਣ ਤੋਂ ਬਾਅਦ ਉਹਦਾ ਸਭ ਤੋਂ ਵੱਧ ਫਾਇਦਾ ਚੱਕਣ, ਜਿੱਦਾਂ ਕਹਿ ਲਓ ਵੀ ਬੋਲ ਬੋਲ ਕੇ ਨਹੀਂ ਅਸੀਂ ਇਹਦੇ ਐਂ ਸਮਝਦੇ ਸੀ, ਸਾਡੇ ਵਿਚਾਰਕ ਮਤਭੇਦ ਸੀ ਫਲਾਨਾ ਧਮਕਾ, ਸੋ ਗੱਲਾਂ ਸਮਝਣੀਆਂ ਚਾਹੀਦੀਆਂ ਨੇ। ਹਾਂ ਇਹ ਵੀ ਗੱਲ ਹੁੰਦੀ ਆ ਵੀ ਸ਼ਾਇਦ ਮੈਨੂੰ ਲੱਗਦਾ ਹੁੰਦਾ ਕਈ ਵਾਰ ਬੰਦੇ ਦੇ ਲਾਈਫ ਦੇ ਵਿੱਚ ਉਹ ਤੋਂ ਸ਼ਾਇਦ ਲੰਬੇ ਦੇਰ ਤੱਕ ਰਹੇ, ਕਿਉਂਕਿ ਕਿਸੇ ਵੀ ਮੂਵਮੈਂਟ ਦੇ ਵਿੱਚ ਲੰਬੇ ਟਾਈਮ ਤੱਕ ਰਹਿਣਾ ਬਹੁਤ ਔਖਾ ਹੁੰਦਾ ਕੋਈ ਵੀ ਚੀਜ਼ ਆਪਾਂ ਕਰਦੇ ਹਾਂ। ਸ਼ਾਇਦ ਕਈ ਬੰਦੇ ਆਪਾਂ ਇਤਿਹਾਸ ਦੇ ਵਿੱਚ ਜਾਂ ਅੱਜ ਦੇ ਜ਼ਮਾਨੇ ਵਿੱਚ ਵੀ ਸੁਣਦੇ, ਪਹਿਲਾਂ ਉਹ ਚੰਗੇ ਸੀ, ਇੰਟੈਂਸ਼ਨ ਵੀ ਚੰਗੀ ਸੀ, ਜੋ ਜੋ ਉਮਰ ਹੋਈਗੀ ਉਹਨਾਂ ਦੀ ਸੋਚ ਬਦਲ ਗਈ ਜਾਂ ਉਹ ਹੋ ਗਈ। ਕਈ ਵਾਰ ਐਵੇਂ ਹੁੰਦਾ ਰੱਬ ਬੰਦੇ ਨੂੰ ਪਹਿਲਾਂ ਹੀ ਲੈ ਜਾਂਦਾ, ਉਹ ਹੀਰੋ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਾਂ ਟੌਪ 'ਤੇ ਹੁੰਦਾ ਉਦੋਂ ਹੀ ਬੰਦਾ ਚਲੀ ਜਾਂਦਾ, ਪਰ ਰੱਬ ਦੀ ਸਾਰੀ ਉਹ ਆ ਜੀ, ਰੱਬ ਦੀ ਸਾਰੀ ਖੇਡ ਆ ਇਹ। ਇਹਦੇ ਬਾਰੇ ਜੇ ਬੰਦਾ ਕਹੇ ਵੀ ਐਂ ਕਰ ਲੈਂਦੇ ਜੀ, ਐਂ ਕਰ ਲੈਂਦੇ ਅਸੀਂ ਐਂ ਹੋ ਜਾਂਦਾ, ਨਹੀਂ ਜਿੰਨੀ ਉਮਰ ਲਿਖੀ ਹੋਈ ਸੀਗੀ ਬੰਦੇ ਦੀ ਜਿੰਨਾ ਪ੍ਰਭਾਵ ਪਾਉਣਾ ਹੁੰਦਾ ਵਾ। ਦੀਪ ਸਿੱਧੂ ਨੇ ਜਿਹੜਾ 1.5 ਸਾਲ ਦੇ ਵਿੱਚ ਹੀ ਪ੍ਰਭਾਵ ਪਾਇਆ, ਕਈ ਬੰਦੇ ਉਹ ਲਾਈਫ ਟਾਈਮ ਦੇ, ਕਈ ਬੰਦੇ ਨਹੀਂ ਮੋਸਟਲੀ ਬੰਦੇ ਉਹ ਲਾਈਫ ਟਾਈਮ ਦੇ ਵਿੱਚ ਨਹੀਂ ਪਾ ਸਕਦੇ। ਸੋ ਮੇਨ ਗੱਲ ਹੁੰਦੀ ਹੈ ਪ੍ਰਭਾਵ ਦੀ, ਉਹਦੇ ਆਉਣ ਦਾ ਇੰਪੈਕਟ ਕਿੰਨਾ ਹੋਇਆ, ਅਤੇ ਆਉਣ ਦਾ ਇੰਪੈਕਟ ਹੋਇਆ ਵੀ ਉਹਦੇ, ਬਹੁਤ ਮੁੰਡਿਆਂ ਨੂੰ ਉਹ ਚੀਜ਼ ਬਾਰੇ ਪਤਾ ਲੱਗਿਆ ਅਤੇ ਉਹ ਜੁੜੇ ਚੀਜ਼ ਨਾਲ ਲੋਕਾਂ ਨੇ। ਜਿਵੇਂ ਦੀਪ ਸਿੱਧੂ ਆਪ ਵੀ ਸਟੱਡੀ ਕਰਦਾ ਹੁੰਦਾ ਸੀ, ਉਹਨਾਂ ਬੁੱਕਸ ਪੜ੍ਹਦਾ ਹੁੰਦਾ ਸੀਗਾ ਵੀ ਕਿਵੇਂ ਸਿੱਖ ਰਾਜਨੀਤੀ ਆ, ਆਧੁਨਿਕ ਰਾਜਨੀਤੀ ਕੀ ਚੱਲ ਰਹੀ ਆ, ਕਿਵੇਂ ਹੋ ਰਿਹਾ ਵਾ, ਉਹਨੂੰ ਸਾਰੀ ਚੀਜ਼ਾਂ ਦਾ ਪਤਾ ਸੀ, ਐਡਵਾਂਸ ਦੇ ਵਿੱਚ ਪਤਾ ਸੀ। ਬਹੁਤ ਲੋਕਾਂ ਨੂੰ ਇਹ ਗੱਲਾਂ ਪਤਾ ਨਹੀਂ ਹੁੰਦੀਆਂ ਅਤੇ ਸਿੱਖੀ ਦੇ ਸਿਧਾਂਤ, ਹਾਲਾਂਕਿ ਉਹ ਰੋਡਾ ਸੀਗਾ ਪਰ ਜਿਹੜਾ ਉਹਦਾ ਗੁਰੂ 'ਤੇ ਭਰੋਸਾ। ਜਦ ਮੈਨੂੰ ਉਹ ਗੱਲ ਉਹਦੀ ਬਾਹਲੀ ਵਧੀਆ ਲੱਗੀ ਸੀ, ਜਦੋਂ ਕਿਸਾਨੀ ਮੋਰਚਾ ਜਿੱਤੇ ਉਹ ਕਹਿੰਦੇ ਵੀ ਕਿਹਨੇ ਜਿਤਾਇਆ ਨਾ ਦੀਪ ਸਿੱਧੂ ਨੇ, ਮੈਨੂੰ ਇਹ ਤਾਂ ਜਾਣਗੇ, ਉਹਨੇ ਕਿਹਾ ਸੀ ਵੀ ਯਾਰ ਕਿਸੇ ਨੇ ਨਹੀਂ ਜਿਤਾਇਆ, ਨਾ ਮੈਂ ਜਿਤਾਇਆ, ਨਾ ਕਿਸੇ ਹੋਰ ਬੰਦੇ ਨੇ, ਇਹਦਾ ਗੁਰੂ ਸਾਹਿਬ ਨੇ ਆਪਾਂ ਨੂੰ ਜਿੱਤ ਦਿੱਤੀ ਆ। ਸੋ ਉਹਦਾ ਜਿਹੜਾ ਰੱਬ 'ਤੇ ਉਹ ਟੱਲ ਵਿਸ਼ਵਾਸ, ਉਹ ਟੱਲ ਭਰੋਸਾ ਹੋਣਾ ਵੀ ਸਾਰਾ ਕ੍ਰੈਡਿਟ ਵੀ ਜੋ ਵੀ ਹੁੰਦਾ ਵਾਹਿਗੁਰੂ ਕਰਦਾ, ਉਹ ਚੀਜ਼ ਉਹਦੀ ਮੈਨੂੰ ਬਾਹਲੀ ਘੈਂਟ ਲੱਗੀ ਸੀ। ਉਹਨੂੰ ਸਿੱਖੀ 'ਤੇ ਬਹੁਤ ਜ਼ਿਆਦਾ ਭਰੋਸਾ ਸੀ, ਗੁਰੂਆਂ 'ਤੇ ਉਹਨੂੰ ਬਹੁਤ ਜ਼ਿਆਦਾ ਭਰੋਸਾ ਸੀਗਾ, ਹੈਗਾ ਉਹ ਰੋਡਾ ਸੀ ਬੇਸ਼ੱਕ ਆਪਾਂ ਇਹ ਗੱਲ ਕਹਿੰਦੇ ਹਾਂ, ਬਟ ਉਹਨੂੰ ਭਰੋਸਾ ਬਹੁਤ ਜ਼ਿਆਦਾ ਸੀਗਾ। ਪਰ ਉਹੀ ਆ ਕਿ ਸ਼ਾਇਦ ਉਹ ਸਿੱਖੀ ਦੇ ਵਿੱਚ ਉਹ ਆਉਣਾ ਚਾਹੁੰਦਾ ਸੀਗਾ, ਪਰ ਉਹੀ ਆ ਜਿਵੇਂ ਸਿੰਘ ਸਾਹਿਬ ਨੇ ਗੱਲ ਕੀਤੀ ਕਿ ਗੁਰੂ ਸਾਹਿਬ ਨੇ ਸ਼ਾਇਦ ਉਹਨੂੰ ਜੀਵਨ ਉਹਨਾਂ ਕੀ ਦਿੱਤਾ ਸੀ। ਜਵਾਨਾਂ ਨੇ ਹਨਾ ਉੱਥੇ ਅਰਦਾਸ ਕੀਤੀ ਸੀਗੀ ਕਿ ਸਾਨੂੰ ਗਾਤਰੇ ਪਵਾ ਦਿਓ ਵਾਜਾਂ ਵਾਲਿਓ, ਤੇ ਉਹ ਗੁਰੂ ਸਾਹਿਬ ਨੇ ਅੱਗੇ ਉਹ ਟਾਈਮ ਲੈ ਕੇ ਵੀ ਆਉਂਦਾ ਹੈਗਾ, ਬਹੁਤ ਨੌਜਵਾਨ ਆ ਜਿਹੜੇ ਉਹ ਗੁਰਸਿੱਖੀ ਨਾਲ ਜੁੜੇ ਹੈਗੇ, ਉਸ ਰਾਹ ਤੇ ਤੁਰੇ ਹੈਗੇ। ਪਰ ਉਹੀ ਆ ਕਿ ਸ਼ਹਾਦਤਾਂ ਕੌਮ ਦੇ ਵਿੱਚ ਹੁੰਦੀਆਂ ਨੇ, ਬਹੁਤ ਕੌਮ ਦੇ ਵਿੱਚ ਜਿਹੜੇ ਯੋਧੇ ਆਉਂਦੇ ਹੈਗੇ ਉਹ ਟਾਈਮ ਦੇ ਨਾਲ ਸਾਡੇ ਤੋਂ ਦੂਰ ਚਲੇ ਜਾਂਦੇ ਹੈਗੇ। ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਦੂਰ ਚਲੇ ਗਏ ਹਨਾ, ਕਿਉਂਕਿ ਆਪਣੀਆਂ ਯਾਦਾਂ ਦੇ ਵਿੱਚ ਉਹ ਸਦਾ ਹੀ ਰਹਿੰਦੇ ਹੈਗੇ। ਪਰ ਰੱਬ ਜਾਣੇ ਕੀ ਅਟੈਚਮੈਂਟ ਸੀਗੀ। ਮੈਂ ਮਤਲਬ ਪੂਰੇ ਸਾਲ ਦੇ ਵਿੱਚ ਮੈਂ ਹਲੇ ਵੀ ਜਿਹਦੇ ਨਾਲ ਗੱਲ ਕਰਦੀ ਹੈਗੀ, ਤੇ ਮੈਨੂੰ ਹਲੇ ਵੀ ਨਹੀਂ ਇਹ ਗੱਲ ਸਮਝ ਆਉਂਦੀ ਕਿ ਮੈਂ ਅੱਜ ਤੱਕ ਕਦੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਵੀਰ ਨੂੰ ਕਦੇ ਮਿਲੀ ਨਹੀਂ ਸੀਗੀ ਹਨਾ, ਤੇ ਮੈਂ ਜੇ ਮੈਂ ਉਹਨੂੰ ਦੇਖਿਆ ਵੀ, ਜੇ ਮੈਨੂੰ ਜਾਣ ਦਾ ਮੌਕਾ ਵੀ ਮਿਲਿਆ ਤਾਂ ਉਦੋਂ ਸੀਗੀ ਜਦੋਂ ਉਹ ਐਂਬੂਲੈਂਸ ਦੇ ਵਿੱਚ ਲੈ ਕੇ ਜਾ ਰਹੇ ਸੀਗੇ, ਤੇ ਉਹ ਐਵੇਂ ਦਾ ਟਾਈਮ ਸੀਗਾ ਕਿ ਉਹ ਮਨਰਾਜ ਨੇ ਉਹ ਵੀਡੀਓ ਬਣਾਈ ਸੀਗੀ ਆਪਣੇ ਚੈਨਲ ਤੇ ਪਈ ਹੈਗੀ, ਪਰ ਮੈਂ ਅੱਜ ਤੱਕ ਉਹ ਵੀਡੀਓ ਨੂੰ ਨਹੀਂ ਦੇਖ
ਉਹ ਕਈ ਰੂਹਾਂ ਹੀ ਐਵੇਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਕੋਈ ਨੈਚੁਰਲੀ ਆਪਣਾ ਕੋਈ ਹਨਾ ਕਿ ਅਟੈਚਮੈਂਟ ਹੁੰਦੀ ਹੈਗੀ। ਕੱਲ ਉਹੀ ਆ ਕਿ ਚੱਲ ਜਿਹੜਾ ਕੁਛ ਹੋਣਾ ਸੀ, ਜਿਹੜਾ ਪਾਣਾ ਸੀ ਉਹ ਵਾਪਰਨਾ ਸੀ ਉਹ ਵਾਪਰ ਗਿਆ, ਕੋਈ ਗੁਰੂ ਸਾਹਿਬ ਦੀ ਰਜ਼ਾ ਸੀਗੀ ਜਿਹੜੀ ਹੋਣੀ ਸੀਗੀ ਉਹ ਹੋ ਗਿਆ। ਪਰ ਹੁਣ ਅੱਗੇ ਇਹੀ ਆ ਕਿ ਸਾਰੇ ਜਾਣੇ ਉਹਨੂੰ ਵੀਰ ਨੂੰ ਫੋਲੋ ਵੀ ਨਹੀਂ ਕਰਦੇ, ਸਾਰੇ ਜਾਣੇ ਉਹਨੂੰ ਸਹੀ ਵੀ ਨਹੀਂ ਮੰਨਦੇ ਹੋਣੇ। ਚਲੋ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਆ, ਪਰ ਆਪਾਂ ਪਹਿਲਾਂ ਵੀ ਉਹਦੀ ਸਪੋਰਟ ਦੇ ਵਿੱਚ ਸੀਗੇ ਤੇ ਆਪਾਂ ਅੱਜ ਵੀ ਹੈਗੇ। ਪਰ ਉਹੀ ਹੈ ਕਿ ਹਰੇਕ ਬੰਦੇ ਦੇ ਵਿੱਚ ਕਮੀਆਂ ਹੋਣਗੀਆਂ, ਪਰ ਆਪਾਂ ਉਹਦੇ ਜਿਹੜੇ ਪੋਜ਼ਿਟਿਵ ਪੁਆਇੰਟ ਆ ਉਹ ਕੀ ਕਰ ਰਿਹਾ, ਉਹ ਚੰਗਾ ਕੀ ਕਰ ਰਿਹਾ, ਉਹ ਚੀਜ਼ਾਂ ਨੂੰ ਦੇਖ ਕੇ ਆਪਾਂ ਨੂੰ ਚੱਲਣਾ ਚਾਹੀਦਾ ਗਾ। ਪਰ ਉਹੀ ਹੈ ਕਿ ਜੇ ਉਹਨੂੰ ਦੇਖ ਕੇ ਕਿੰਨੇ ਨੌਜਵਾਨ ਹੋਰ ਸਿੱਖੀ ਨਾਲ ਜੁੜ ਸਕਦੇ ਹੈਗੇ, ਕੇਸ ਰੱਖ ਸਕਦੇ ਆ, ਅਮਰ ਛੱਕ ਸਕਦੇ ਆ, ਤਾਂ ਉਹਦੇ ਵਿੱਚ ਮਾੜਾ ਵੀ ਕੀ ਹੈਗਾ। ਜਿਹੜੇ ਵੀਰ ਨੂੰ ਪਿਆਰ ਕਰਨ ਵਾਲੇ ਆ ਜਾਂ ਜਿਹੜੇ ਹੋਰ ਵੀ ਸਿੰਘਾਂ ਨੂੰ ਪਿਆਰ ਕਰਨ ਵਾਲੇ ਹੈਗੇ, ਚੰਡੀਗੜ੍ਹ ਮੋਰਚਾ ਲੱਗਿਆ ਹੋਇਆ, ਦੀਪ ਸਿੱਧੂ ਵੀ ਭਾਈ ਜਗਤਾਰ ਸਿੰਘ ਹਵਾਰੇ ਹੋਣਾ ਦੀ ਗੱਲ ਕਰਦਾ ਸੀਗਾ, ਬੰਦੀ ਸਿੰਘਾਂ ਦੀ ਗੱਲ ਕਰਦਾ ਸੀਗਾ, ਤੇ ਸਾਰੀ ਕੌਮ ਨੂੰ ਸਾਰੇ ਵੀਰਾਂ ਨੂੰ ਅਪੀਲ ਆ ਕਿ ਜ਼ਰੂਰ ਮੋਰਚੇ ਦੇ ਉੱਤੇ ਜਾਓ, ਤਾਂ ਜੋ ਸਾਡੇ ਜਿਹੜੇ ਬੰਦੀ ਸਿੰਘ ਆ ਭਾਈ ਜਗਤਾਰ ਸਿੰਘ ਹਵਾਰੇ ਵਰਗੇ, ਭਾਈ ਜਗਤਾਰ ਸਿੰਘ ਤਾਰੇ ਹੋਣੀ, ਪਰਮਜੀਤ ਸਿੰਘ ਜੀ ਭਿਓਰਾ ਹੋਣੀ, ਉਹ ਵੀ ਬਾਹਰ ਆਉਣ ਕੌਮ ਦੇ ਵਿੱਚ ਆ ਕੇ ਵਿਚਰਨ, ਤੇ ਅੱਗੇ ਨੌਜਵਾਨ ਆ ਜਿਹੜੇ ਉਹ ਕਿਸੇ ਸਹੀ ਰਾਹ ਦੇ ਪੈਣ, ਕਿਉਂਕਿ ਬਹੁਤ ਫਰਕ ਪੈਣਾ ਜੇ ਤੁਹਾਡੇ ਕੋਲ ਇੱਕ ਚੰਗਾ ਲੀਡਰ ਹੁੰਦਾ। ਨੌਜਵਾਨ ਨਸ਼ਿਆਂ ਤੋਂ ਵੀ ਬਚਦੇ ਆ, ਇੱਕ ਚੰਗੇ ਰਾਹ ਤੇ ਤੁਰਦੇ ਹੈਗੇ। ਤੇ ਬਸ ਇਹੀ ਅਪੀਲ ਹੈਗੀ ਬਰਸੀ ਦੇ ਉੱਤੇ ਕਿ ਸਾਰੇ ਜਿਹੜੇ ਨੌਜਵਾਨ ਵੀਰ ਭੈਣ ਹੈਗੇ ਗੁਰਸਿੱਖੀ ਨਾਲ ਜੁੜੋ, ਆਪਣੇ ਜੀਵਨ ਨੂੰ ਸਹੀ ਪਾਸੇ ਲੈ ਕੇ ਤੁਰੋ, ਆਪਣੇ ਜਿਹੜਾ ਜੀਵਨ ਦਾ ਇੱਕ ਮੋਟਿਵ ਲੈ ਕੇ ਤੁਰੋ। ਤੇ ਆਪਾਂ ਇੱਥੇ ਅੱਜ ਦੀ ਵੀਡੀਓ ਦਾ ਐਂਡ ਕਰਦੇ ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।